ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤਲਵੰਡੀ ਚੌਧਰੀਆਂ ਦੀ ਦਾਣਾ ਮੰਡੀ ਵਿੱਚੋਂ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹਿਵਾਲ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ। ਸ਼ੇਰ ਸਿੰਘ ਮਹਿਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੂੰ ਜਗਾਉਣ ਲਈ ਟਰੈਕਟਰ ਮਾਰਚ ਤਲਵੰਡੀ ਚੌਧਰੀਆਂ ਤੋਂ ਸ਼ੁਰੂ ਹੋ ਕੇ ਪਿੰਡ ਟਿੱਬਾ ਬੂਲਪੁਰ ਰੇਲ ਕੋਚ ਫੈਕਟਰੀ ਡਡਵਿੰਡੀ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ। ਉਹਨਾਂ ਦੱਸਿਆ 13 ਫਰਵਰੀ ਨੂੰ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਮੋਰਚਾ ਲਗਵਾਉਣ ਜਾ ਰਹੀਆਂ ਹਨ। ਜੌਨ ਸੁਲਤਾਨਪੁਰ ਲੋਧੀ ਦੇ ਦੀਆਂ ਕਿਸਾਨ ਜਥੇਬੰਦੀਆਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਜਮੀਨ ਗਾਜਰਾਂ ਗੋਭੀ ਮਟਰ ਮੱਕੀ ਝੋਨਾ ਬਾਜਰਾ ਜਵਾਰ ਤੇਲ ਅਲਸੀ ਇੰਨੀਆਂ ਫਸਲਾਂ ਹੋਰ ਕਿਤੇ ਨਹੀਂ ਹੁੰਦੀਆਂ। ਇਸ ਕਰਕੇ ਆਪਣੀ ਧਰਤੀ ਮਾਂ ਨੂੰ ਬਚਾਉਣ ਵਾਸਤੇ ਆਪਣੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਵਾਸਤੇ ਭਾਈ ਮੈਦਾਨ ਚ ਆ ਜਾਓ। ਇਹ ਲੜਾਈ ਕੱਲੀ ਕਿਸੇ ਦੀ ਨਹੀਂ ਹੋਏਗੀ। ਪਿੰਡਾਂ ਦੇ ਪਿੰਡ ਖਾਲੀ ਹੋ ਜਾ ਰਹੇ ਆ, ਕੁਛ ਤਾਂ ਲੋਕ ਮਜਬੂਰੀ ਨੂੰ ਬਾਹਰ ਜਾ ਰਹੇ ਆ, ਕੋਈ ਸ਼ੌਂਕ ਨਾਲ ਤੁਰੇ ਜਾਂਦੇ। ਹੁਣ ਆਪਾਂ ਜਿਹੜਾ ਟਰੈਕਟਰ ਮਾਰਚ ਸ਼ੁਰੂ ਕਰਨ ਲੱਗੇ ਆ ਉਹਦੇ ਤੇ ਆਈਏ। ਸੁਲਤਾਨਪੁਰ ਜੋਨ ਵੱਲੋਂ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਵਾ। ਸਾਡੇ ਟਰੈਕਟਰ ਦੇ ਵਿੱਚ 20 ਫੁੱਟ ਦਾ ਫਾਸਲਾ ਚਾਹੀਦਾ ਵਾ। ਆ ਡਰਾਈਵਰ ਵੀਰਾਂ ਨੂੰ ਬੇਨਤੀ ਆ, ਭੂਮੀ ਕਾਨੂੰਨ ਆ ਜਿਹੜਾ 2000 ਪਹਿਲਾਂ ਤੋਂ ਅੰਗਰੇਜ਼ਾਂ ਦੇ ਟਾਈਮ ਬਣਿਆ ਸੀਗਾ 1892-93 ਦੇ ਵਿੱਚ, ਵੀ ਜਦੋਂ ਵੀ ਕੋਈ ਰੇਲ ਪਟੜੀ ਕੱਢਣੀ ਆ ਜਾਂ ਥਾਣਾ ਬਣਾਉਣਾ ਵਾ, ਜੋ ਕਿ ਉਹਨਾਂ ਨੇ ਬਹੁਤ ਸਾਰੇ ਆਣ ਕੇ ਇੱਥੇ ਥਾਣੇ ਬਣਾਏ, ਬਸਤੀਆਂ ਨੂੰ ਜਾ ਰਿਹਾ ਗਿਆ। ਪਰ ਉਹਦੇ ਵਿੱਚ ਇਹ ਸੀਗੀਆਂ ਵੀ ਕਿਸਾਨ ਤੇ ਮਜ਼ਦੂਰ ਦੀ ਸਹਿਮਤੀ ਲਈ ਜਾਊਗੀ ਵੀ ਭਾਈ ਜੇ ਤੇਰੀ ਆ ਜ਼ਮੀਨ ਅਸੀਂ ਸਹਿਰ ਕਰਨਗੇ। ਇੱਕ ਬੋਲੀ ਹੋਊਗੀ, ਇੱਕ ਧਰਮ ਹੋਊਗਾ, ਇਹ ਕਦੇ ਵੀ ਕਬੂਲ ਨਹੀਂ ਸਾਨੂੰ, ਕਿਉਂਕਿ ਸਾਡਾ ਭਾਰਤ ਵੱਖ ਵੱਖ ਫੁੱਲਾਂ ਦਾ ਗੁਲਦਸਤਾ ਵਾ, ਸਾਡੀਆਂ ਵੱਖ ਵੱਖ ਬੋਲੀਆਂ ਵਾ, ਵੱਖੋ ਵੱਖਰੇ ਧਰਮ ਆ, ਸਾਡੇ ਵੱਖੋ ਵੱਖਰੇ ਸੱਭਿਆਚਾਰ ਆ। ਉਹ ਕਹਿੰਦੇ ਸਾਰਾ ਕੁਛ ਇੱਕ ਕਰ ਦੇਣਾ ਤੇ ਪਹਿਲਾਂ ਕੌਣ ਕਹਿੰਦਾ ਸੀ ਭਲਾ ਇਹ ਕੀ ਕਰਨਾ, ਇੱਕ ਕਰਨ ਨੂੰ ਪਹਿਲਾਂ ਕਿੰਨੇ ਕਿਹਾ ਸੀ ਔਰੰਗਜ਼ੇਬ ਕਹਿੰਦਾ ਸੀ ਵੀ ਸਾਰੇ ਸੁੰਨਤ ਕਰ ਦੇਣੀ ਸਾਰਿਆਂ ਦੀ। ਤੇ 10ਵੇਂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਇੱਕ ਡਾਹ ਕੇ ਲੜੇ ਆ, ਕਿਸੇ ਵੀ ਜ਼ਮੀਨ ਦੇ ਟੁਕੜੇ ਵਾਸਤੇ ਨੀ 10ਵੇਂ ਪਾਤਸ਼ਾਹ ਲੜੇ, ਸਿਰਫ ਜ਼ੁਲਮ ਦੇ ਖਿਲਾਫ ਲੜੇ ਆ ਵੀ ਤੁਸੀਂ ਲੋਕਾਂ ਤੇ ਅਤਿਆਚਾਰ ਕਰਦੇ ਜੋ। ਸਾਰਿਆਂ ਨੂੰ ਹੱਕ ਆ ਆਪਣੀ ਬੋਲੀ ਬੋਲਣ ਦਾ, ਸਾਰਿਆਂ ਨੂੰ ਹੱਕ ਆ ਆਪਣੇ ਧਰਮ ਨੂੰ ਮੰਨਣ ਦਾ, ਤੇ ਅਸੀਂ ਕੌਣ ਹੁੰਦੇ ਆ ਕਿਸੇ ਤੇ ਥੋਪਣ ਵਾਲੇ ਬਈ। ਉਹਦੇ ਨਾਲ ਨਾਲ ਬਹੁਤ ਕੁਛ ਕੀਤਾ ਜਾ ਰਿਹਾ ਵਾ। RSS ਜਿਹੜੀ ਆ ਆਪਣਾ ਲੰਬਾ ਜੜਾ ਵਿਛਾ, ਜੋ ਮੈਂ ਅੱਜ ਤੋਂ 15 ਦਿਨ ਪਹਿਲਾਂ ਕਿਹਾ ਸੀ ਉਹ ਸੱਚ ਹੋ ਰਿਹਾ, ਲੜਾਇਆ ਜਾ ਰਿਹਾ ਸਾਨੂੰ, ਉਹਨਾਂ ਨੇ ਆਪਣੇ ਬੰਦੇ ਛੱਡੇ ਹੋਏ ਆ। ਸੰਤ ਜਰਨੈਲ ਸਿੰਘ ਭਿੰਡਰਾਲੇ ਦੀ ਕਹਿੰਦੇ ਫੋਟੋ ਨੀ ਲੱਗਣ ਦੇਣੀ, ਕਿਉਂ ਨੀ ਲੱਗਣ ਦੇਣੀ ਬਈ, ਉਹ ਲੱਗੂਗੀ ਏਦਾਂ ਹੀ। ਭਿੰਡਰਾਂ ਵਾਲੇ ਸੰਤ ਦੀਆਂ ਤਸਵੀਰਾਂ ਵਿਕਦੀਆਂ ਨੇ, ਇੰਦਰਾ ਪਾਪੜੇ ਤੈਨੂੰ ਲਾਹਣਤਾ ਪੈਂਦੀਆਂ ਰਹਿਣਗੀਆਂ। ਜਿਹੜੇ ਲੋਕ
ਹੱਕ ਸੱਚ ਲਈ ਲੜਦੇ ਆ ਉਹਨਾਂ ਦੀਆਂ ਫਿਰ ਤਸਵੀਰਾਂ ਵੀ ਵੇਖਦੀਆਂ ਵਾ। ਆ ਭਾਨੇ ਸਿੱਧੂ ਨੇ ਕੀ ਮਾੜਾ ਕਰ ਦਿੱਤਾ ਭਾਈ? ਆ ਕਿੰਨੇ ਏਜੰਟਾਂ ਤੋਂ ਉਹਨੇ ਪੈਸੇ ਮਰਵਾਏ ਆ? ਇਹ ਓਦਾਂ ਦਿੰਦੇ ਆ, ਥਾਣੇ ਜਾ ਕੇ ਵੇਖ ਲਓ ਦਰਖਾਸਤ ਦਿਓ, ਉਹ ਦਰਖਾਸਤਾਂ 6-6 ਮਹੀਨੇ ਰੋਲਦੀਆਂ ਫਿਰਦੀਆਂ। ਇਹਦਾ ਮੁੱਲ ਵੀ ਜਥੇਬੰਦੀ ਨੇ ਹੁਣ ਤਾਈ ਮੇਰੇ ਰਾਹੀਂ 4-5 ਬੰਦਿਆਂ ਦੇ ਪੈਸੇ ਵਾਸ ਆਏ ਆ, ਏਜੰਟਾਂ ਤੋਂ ਕਰਾਏ ਆ। ਕੱਲ ਨੂੰ ਇਹਦਾ ਮੁੱਲ ਵੀ ਮੈਨੂੰ ਵੀ ਕਹਿਣਗੇ ਇਹ ਗਲਤ ਆ, ਕਿਉਂਕਿ ਸਾਰਾ ਤਾਣਾ ਬਾਣਾ ਵੀ ਖਰਾਬ ਹੋਇਆ ਵਾ। ਚਲੋ ਆਪਾਂ ਰਾਹ ਦੇ ਵਿੱਚ ਸਾਰੀਆਂ ਗੱਲਾਂ ਕਰਾਂਗੇ। ਹੁਣ ਆਪਾਂ ਇੱਥੋਂ ਤੁਰਨਾ ਵਾ ਵਾਇਆ ਟਿੱਬਾ, 20 ਫੁੱਟ ਦਾ ਫਾਸਲਾ ਵੇ, ਟਰੈਕਟਰ ਤੇ ਡੱਕ ਨਾ ਲੱਗ।
ਤੇ ਕੀ ਪ੍ਰੋਗਰਾਮ ਆ ਟਰੈਕਟਰ ਮਾਰਚ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਪੂਰਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ, ਜੋ 13 ਫਰਵਰੀ ਨੂੰ ਦਿੱਲੀ ਦੇ ਵਿੱਚ ਪੂਰੇ ਭਾਰਤ ਦੀਆਂ 76 ਜਥੇਬੰਦੀਆਂ ਜਿਹੜੀਆਂ ਵਾ ਮੈਦਾਨ ਦੇ ਵਿੱਚ ਉਤਰ ਰਹੀਆਂ ਵਾ, ਕਿਉਂਕਿ ਜਿਹੜੀ ਮੋਦੀ ਹਕੂਮਤ ਆ ਮੰਨੀਆਂ ਹੋਈਆਂ ਮੰਗਾਂ ਤੋਂ, ਜਿਹੜਾ ਪਿਛਲੀ ਵਾਰ ਆਪਾਂ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਵਾ 2020-21 ਦੇ ਵਿੱਚ, ਉਹਦੇ ਤੋਂ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਸੀ ਉਹ ਤਾਂ ਵਾਪਸ ਕਰ ਲਏ, ਪਰ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸੀਗੀਆਂ ਵੀ MSP ਦਾ ਜਿਹੜਾ ਕਾਨੂੰਨ ਆ ਉਹ ਲਾਗੂ ਕਰਾਂਗੇ, ਸਵਾਮੀ ਡਾਕਟਰ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਰੱਦ ਕਰਾਂਗੇ, ਪਰ ਰੱਦ ਤੇ ਕੀ ਕਰਨਾ ਸੀਗਾ, ਪੰਜਾਬ ਦੇ ਵੀ ਜਿਹੜੇ ਆ ਭਗਵੰਤ ਮਾਨ ਸਰਕਾਰ ਆ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਗਾੜੀ ਗੋਡੇ ਟੇਕ ਚੁੱਕੀ ਆ ਤੇ ਧੜਾ ਧੜ ਚੇਪ ਵਾਲੇ ਮੀਟਰ ਲਾ ਰਹੇ ਆ, ਉਹਦੇ ਤੋਂ ਸਰਕਾਰ ਭੱਜ ਚੁੱਕੀ ਆ, ਸੈਂਟਰ ਦੀ ਸਰਕਾਰ ਮੋਦੀ ਸਰਕਾਰ। ਲਖੀਰਪੁਰ ਖੀਰੀ ਵਾਲੇ ਅਜੇ ਮਿਸ਼ਰਾ ਟਾਣੀ ਅਸ਼ੀਸ਼ ਮਿਸ਼ਰਾ, ਜਿਨ੍ਹਾਂ ਨੇ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਵੀਰ ਜਿਹੜਾ ਦਲ ਕੇ ਮਾਰਤਾ, ਅਜੇ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਦਿੱਲੀ ਦੇ ਵਿੱਚ ਜਿੰਨੇ ਵੀ ਕਿਸਾਨਾਂ ਮਜ਼ਦੂਰਾਂ ਦੇ ਪਰਚੇ ਹੋਏ ਸੀ ਇਹਨਾਂ ਕਿਹਾ ਸੀ ਰੱਦ ਕਰਾਂਗੇ, ਅਜੇ ਤੱਕ ਉਹ ਨਹੀਂ ਕੀਤੇ, ਤੇ ਉਸ ਤੋਂ ਬਾਅਦ ਨਵੇਂ ਕਾਨੂੰਨ ਜਿਹੜੇ ਆ ਉਹ ਧੜਾ ਧੜ ਲਾਗੂ ਕਰ ਰਹੇ ਆ। ਜਿਸ ਤਰ੍ਹਾਂ ਭੋ ਭੂਮੀ ਕਾਨੂੰਨ ਆ ਵੀ ਕਿਸਾਨ ਤੇ ਮਜ਼ਦੂਰ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਅਕਵਾਇਰ ਕਰਨੀ, ਦੂਸਰੇ ਬੰਨੇ ਫਸਲਾਂ ਤੋਂ ਇੰਪੋਰਟ ਡਿਊਟੀ ਚੁੱਕ ਦੇਣੀ, ਬਾਹਰੋਂ ਲਿਆਣ ਕੇ ਫਸਲਾਂ ਇੱਥੇ ਵੇਚਣੀਆਂ ਤੇ ਭਾਰਤ ਦੀਆਂ ਫਸਲਾਂ ਜਿਹੜੀਆਂ ਪੰਜਾਬ ਦੀਆਂ ਫਸਲਾਂ ਵਾ ਉਹ ਰੁੜ ਰਹੀਆਂ ਵਾ। ਇਹ ਸਾਰੀਆਂ ਮੰਗਾਂ ਨੂੰ ਲੈ ਕੇ, ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ, ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ, ਤੇ 13 ਫਰਵਰੀ ਨੂੰ ਜਿਹੜਾ ਵਾ ਦਿੱਲੀ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ, ਉਹਦੇ ਤੋਂ ਪਹਿਲਾਂ ਜਥੇਬੰਦੀ ਦੇ ਜਿਹੜੇ ਐਕਸ਼ਨ ਸੀ 26 ਦਾ ਸੀਗਾ 29 ਦਾ ਸੀ, ਅੱਜ 2 ਫਰਵਰੀ ਨੂੰ ਜਿਹੜਾ ਵਾ ਟਰੈਕਟਰ ਮਾਰਚ ਹੋ ਰਿਹਾ ਜੌਨ ਸੁਲਤਾਨਪੁਰ ਲੋਧੀ ਵੱਲੋਂ। ਇਸੇ ਤਰ੍ਹਾਂ ਦੂਜੇ ਜਿਹੜੇ ਸਾਡੇ ਜੌਨ ਆ, ਨਡਾਲਾ ਜੌਨ ਆ, ਢਿਲਵਾਂ ਜੌਨ ਆ, ਜੌਨ ਬਾਬਾ ਵੀਰ ਸਿੰਘ ਜੌਨ ਆ, ਜੌਨ ਡੱਲਾ ਸਾਹਿਬ ਆ, ਅਮੀਰੀ ਪੀਰੀ ਗੁਰਸਾਹਿਬ, ਇਹ ਲਗਾਤਾਰ ਹੀ ਹੁਣ ਜਿੱਦਾਂ ਅੱਜ ਸੁਲਤਾਨਪੁਰ ਲੋਧੀ ਜੌਨ ਤੋਂ ਸ਼ੁਰੂਆਤ ਹੋਈ ਆ ਟਰੈਕਟਰਾਂ ਦੀ, ਟਰੈਕਟਰ ਮਾਰਚ ਹੋ ਰਿਹਾ, ਲੋਕਾਂ ਦੇ ਵਿੱਚ ਗੱਲ ਖੜਾਂਗੇ ਵੀ ਮੋਦੀ ਹਕੂਮਤ ਪਹਿਲੀਆਂ ਮੰਗਾਂ ਤੇ ਮੰਨੀਆਂ ਨਹੀਂ ਆ, ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਤਾਨਾਸ਼ਾਹੀ ਵਤੀਰਾ ਜਿਹੜਾ ਉਹ ਕਰ ਰਹੀ ਆ, ਤੇ ਦੂਸਰੇ ਬੰਨੇ ਨਵੇਂ ਕਾਨੂੰਨ ਲਿਆ ਕੇ ਤੇ ਸਾਡੀਆਂ ਜ਼ਮੀਨਾਂ ਖੋਣ ਦੀ ਤਿਆਰੀ ਆ, ਮੰਡੀ ਖੋਣ ਦੀ ਤਿਆਰੀ ਆ, ਉਹ ਲੋਕਾਂ ਦੇ ਵਿੱਚ ਅੱਜ ਅਸੀਂ ਗੱਲ ਖੜ ਰਹੇ ਹਾਂ, ਤੇ 13 ਫਰਵਰੀ ਨੂੰ ਵੱਡਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ, ਉਹਦੀਆਂ ਤਿਆਰੀਆਂ ਇਸ ਟਾਈਮ ਪੂਰੀਆਂ ਮੁਕੰਮਲ ਹੋ ਚੁੱਕੀਆਂ ਵਾ। ਹੁਣ ਮੋਦੀ ਸਰਕਾਰ ਸੋਚੇ ਵੀ ਉਹਨੇ ਕੀ ਕਰਨਾ ਵਾ, ਦਿੱਲੀ ਦੇ ਵਿੱਚ ਜਿਹੜਾ ਐਰਕੀ ਸੰਘਰਸ਼ ਹੋਣਾ ਵਾ ਗੱਲ ਆਰ ਪਾਰ ਦੀ ਹੋਣੀ ਆ, ਚਾਹੇ ਅਸੀਂ ਨਹੀਂ ਚਾਹੇ ਉਹ ਨਹੀਂ, ਚਾਹੇ ਮਰਾਂਗੇ ਤੇ ਚਾਹੇ ਜਿੱਤਾਂਗੇ ਅੱਗੇ ਵਾਂਗੂ ਨਹੀਂ ਹੋਊਗਾ। MSP ਦਾ ਕਾਨੂੰਨ ਜਿਹੜਾ ਵਾ ਉਹ ਲੈ ਕੇ ਆਵਾਂਗੇ, ਆਪਣੀਆਂ ਮੰਗਾਂ ਜਿਹੜੀਆਂ ਮਨਵਾ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰੈਕਟਰ ਮਾਰਚ ਕਿੱਥੋਂ ਲੱਗ ਗਈ, ਕਿੱਥੋਂ ਸ਼ੁਰੂ ਕਰਕੇ ਤੇ ਕਿੱਥੋਂ ਤੱਕ ਜਾਣਾ ਜੀ? ਦੇਖੋ ਜੀ, ਟਰੈਕਟਰ ਮਾਰਚ ਇਸ ਟਾਈਮ ਅਸੀਂ ਖਲੋਤੇ ਹਾਂ ਤਲਵੰਡੀ ਚੌਧਰੀਆਂ ਦੇ ਵਿੱਚ, ਦਾਣਾ ਮੰਡੀ ਦੇ ਵਿੱਚ। ਇਹ ਵਾਇਆ ਗੂਲਪੁਰ, ਤਿੱਬਾ, RCF, ਉੱਥੋਂ ਫਿਰ ਪਾਜੀਆਂ, ਡਡਵਿੰਡੀ ਹੁੰਦੇ ਹੋਏ ਸੁਲਤਾਨਪੁਰ ਲੋਧੀ ਜਿਹੜਾ ਉੱਥੇ ਰੁਕਾਂਗੇ, ਉੱਥੇ ਸੰਗਤ ਨੂੰ ਚਾਹ ਪਾਣੀ ਪਿਆ ਕੇ, ਉੱਥੋਂ ਕੁਛ ਤਾਂ ਟਰੈਕਟਰ ਜਿਹੜੇ ਉਹ ਤਲਵੰਡੀ ਨੂੰ ਆਉਣਗੇ ਤੇ ਕੁਛ ਕਬੀਰਪੁਰ ਵਾਇਆ ਜਿਹੜਾ ਵਾ ਉੱਧਰ ਨੂੰ ਜਾਣਗੇ। ਕਿਹੜੇ ਕਿਹੜੇ ਪਿੰਡਾਂ ਦੇ ਆਏ ਆ ਲਗਭਗ? ਸੁਲਤਾਨਪੁਰ ਜਾਣ ਦੇ ਜਿਹੜੇ ਆ ਉਹ ਤਕਰੀਬਨ ਸਾਰੇ ਟਰੈਕਟਰ ਆਏ। ਥੈਂਕ ਯੂ।